ਇੱਥੇ ਕਿ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਵੱਡੇ ਵੱਡੇ ਟੇਰ ਨਾਲ ਕਿਸਾਨ ਟਰਾਲੀਆਂ ਲਈ ਖੜੇ ਨੇ ਮੰਡੀ 'ਚ ਝੋਨਾ ਲਾਉਣ ਨੂੰ ਥਾਂ ਨਹੀਂ ਸਰਕਾਰ ਇਹਦਾ ਖਰੀਦ ਦਾ ਚਕਾਈ ਦਾ ਸਾਰਾ ਪ੍ਰਬੰਧ ਕਰੇ ਨਾਲ ਹੀ ਅਸੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹਾਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਜੋ ਵੀ ਫੈਸਲਾ ਆਊਗਾ ਉਹ ਅਸੀਂ ਲਾਗੂ ਕਰਾਂਗੇ ਚਾਹੇ ਸੜਕਾਂ ਜਾਮ ਦਾ ਕਦੇ ਅਧਿਕਾਰੀਆਂ ਨੇ ਘਰਾਓ ਦਾ ਆਉਂਦਾ ਹਰ ਇੱਕ ਫੈਸਲੇ ਨੂੰ ਅਸੀਂ ਲਾਗੂ ਕਰਾਂਗੇ ਅਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀਆਂ 'ਚੋਂ ਚੁਕਵਾ ਕੇ ਦਮ ਲਵਾਂਗੇ। ਬਾਈ ਮੈਂ ਬਲਕਾਰਨ ਸਿੰਘ ਸੀਨੀਅਰ ਮੀਟ ਪ੍ਰਧਾਨ ਜ਼ਿਲ੍ਹਾ ਬਠਿੰਡਾ ਵਿਖੇ ਜੀ ਡਕਾਉਂਦਾ। ਅੱਜ ਅਸੀਂ ਭਾਗੀ ਬਾਂਦਰ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਝੋਨੇ ਦਾ ਬਹੁਤ ਬੁਰਾ ਹਾਲ ਹੈ, ਮੰਡੀਆਂ ਭਰੀਆਂ ਪਈਆਂ ਅਤੇ ਕੋਈ ਵੀ ਬੋਲੀ ਦਾ ਤਲਾਈ ਦਾ ਕੋਈ ਵੀ ਹਜੇ ਤੱਕ ਪ੍ਰਬੰਧ ਨਹੀਂ ਹੋਇਆ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਜੇ ਅੱਜ ਸਾਡਾ ਮੰਡੀ ਦੇ ਵਿੱਚ ਨਾ ਬੋਲੀ ਚੱਲੀ ਤਾਂ ਅਸੀਂ ਕੱਲ੍ਹ ਨੂੰ ਸੜਕਾਂ ਘੇਰਾਂਗੇ। ਜਿੱਥੇ ਕਿ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਵੱਡੇ ਵੱਡੇ ਟੇਰ ਨਾਲ ਕਿਸਾਨ ਟਰਾਲੀਆਂ ਲਈ ਖੜੇ ਨੇ ਮੰਡੀ 'ਚ ਝੋਨਾ ਲਾਉਣ ਨੂੰ ਥਾਂ ਨਹੀਂ ਸਰਕਾਰ ਇਹਦਾ ਖਰੀਦ ਦਾ ਚਕਾਈ ਦਾ ਸਾਰਾ ਪ੍ਰਬੰਧ ਕਰੇ ਨਾਲ ਹੀ ਅਸੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹਾਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਜੋ ਵੀ ਫੈਸਲਾ ਆਊਗਾ ਉਹ ਅਸੀਂ ਲਾਗੂ ਕਰਾਂਗੇ ਚਾਹੇ ਸੜਕਾਂ ਜਾਮ ਦਾ ਆਉਂਦਾ ਕਦੇ ਅਧਿਕਾਰੀਆਂ ਨੇ ਘਰਾਓ ਦਾ ਆਉਂਦਾ ਹਰ ਇੱਕ ਫੈਸਲੇ ਨੂੰ ਅਸੀਂ ਲਾਗੂ ਕਰਾਂਗੇ ਅਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀਆਂ 'ਚੋਂ ਚੁਕਵਾ ਕੇ ਦਮ ਲਵਾਂਗੇ। ਬਾਈ ਮੈਂ ਬਲਕਾਰਨ ਸਿੰਘ ਸੀਨੀਅਰ ਮੀਟ ਪ੍ਰਧਾਨ ਜ਼ਿਲ੍ਹਾ ਬਠਿੰਡਾ ਵਿਖੇ ਜੀ ਡਕਾਉਂਦਾ। ਅੱਜ ਅਸੀਂ ਭਾਗੀ ਬਾਂਦਰ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਝੋਨੇ ਦਾ ਬਹੁਤ ਬੁਰਾ ਹਾਲ ਹੈ, ਮੰਡੀਆਂ ਭਰੀਆਂ ਪਈਆਂ ਅਤੇ ਕੋਈ ਵੀ ਬੋਲੀ ਦਾ ਤਲਾਈ ਦਾ ਕੋਈ ਵੀ ਹਜੇ ਤੱਕ ਪ੍ਰਬੰਧ ਨਹੀਂ ਹੋਇਆ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਜੇ ਅੱਜ ਸਾਡਾ ਮੰਡੀ ਦੇ ਵਿੱਚ ਨਾ ਬੋਲੀ ਚੱਲੀ ਤਾਂ ਅਸੀਂ ਕੱਲ੍ਹ ਨੂੰ ਸੜਕਾਂ ਘੇਰਾਂਗੇ। ਜਿੱਥੇ ਕਿ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਵੱਡੇ ਵੱਡੇ ਟੇਰ ਨਾਲ ਕਿਸਾਨ ਟਰਾਲੀਆਂ ਲਈ ਖੜੇ ਨੇ ਮੰਡੀ 'ਚ ਝੋਨਾ ਲਾਉਣ ਨੂੰ ਥਾਂ ਨਹੀਂ ਸਰਕਾਰ ਇਹਦਾ ਖਰੀਦ ਦਾ ਚਕਾਈ ਦਾ ਸਾਰਾ ਪ੍ਰਬੰਧ ਕਰੇ ਨਾਲ ਹੀ ਅਸੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹਾਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਜੋ ਵੀ ਫੈਸਲਾ ਆਊਗਾ ਉਹ ਅਸੀਂ ਲਾਗੂ ਕਰਾਂਗੇ ਚਾਹੇ ਸੜਕਾਂ ਜਾਮ ਦਾ ਆਉਂਦਾ ਕਦੇ ਅਧਿਕਾਰੀਆਂ ਨੇ ਘਰਾਓ ਦਾ ਆਉਂਦਾ ਹਰ ਇੱਕ ਫੈਸਲੇ ਨੂੰ ਅਸੀਂ ਲਾਗੂ ਕਰਾਂਗੇ ਅਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀਆਂ 'ਚੋਂ ਚੁਕਵਾ ਕੇ ਦਮ ਲਵਾਂਗੇ। ਬਾਈ ਮੈਂ ਬਲਕਾਰਨ ਸਿੰਘ ਸੀਨੀਅਰ ਮੀਟ ਪ੍ਰਧਾਨ ਜ਼ਿਲ੍ਹਾ ਬਠਿੰਡਾ ਵਿਖੇ ਜੀ ਡਕਾਉਂਦਾ। ਅੱਜ ਅਸੀਂ ਭਾਗੀ ਬਾਂਦਰ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਝੋਨੇ ਦਾ ਬਹੁਤ ਬੁਰਾ ਹਾਲ ਹੈ, ਮੰਡੀਆਂ ਭਰੀਆਂ ਪਈਆਂ ਅਤੇ ਕੋਈ ਵੀ ਬੋਲੀ ਦਾ ਤਲਾਈ ਦਾ ਕੋਈ ਵੀ ਹਜੇ ਤੱਕ ਪ੍ਰਬੰਧ ਨਹੀਂ ਹੋਇਆ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਜੇ ਅੱਜ ਸਾਡਾ ਮੰਡੀ ਦੇ ਵਿੱਚ ਨਾ ਬੋਲੀ ਚੱਲੀ ਤਾਂ ਅਸੀਂ ਕੱਲ੍ਹ ਨੂੰ ਸੜਕਾਂ ਘੇਰਾਂਗੇ। ਜਿੱਥੇ ਕਿ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਵੱਡੇ ਵੱਡੇ ਟੇਰ ਨਾਲ ਕਿਸਾਨ ਟਰਾਲੀਆਂ ਲਈ ਖੜੇ ਨੇ ਮੰਡੀ 'ਚ ਝੋਨਾ ਲਾਉਣ ਨੂੰ ਥਾਂ ਨਹੀਂ ਸਰਕਾਰ ਇਹਦਾ ਖਰੀਦ ਦਾ ਚਕਾਈ ਦਾ ਸਾਰਾ ਪ੍ਰਬੰਧ ਕਰੇ ਨਾਲ ਹੀ ਅਸੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹਾਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਜੋ ਵੀ ਫੈਸਲਾ ਆਊਗਾ ਉਹ ਅਸੀਂ ਲਾਗੂ ਕਰਾਂਗੇ ਚਾਹੇ ਸੜਕਾਂ ਜਾਮ ਦਾ ਆਉਂਦਾ ਕਦੇ ਅਧਿਕਾਰੀਆਂ ਨੇ ਘਰਾਓ ਦਾ ਆਉਂਦਾ ਹਰ ਇੱਕ ਫੈਸਲੇ ਨੂੰ ਅਸੀਂ ਲਾਗੂ ਕਰਾਂਗੇ ਅਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀਆਂ 'ਚੋਂ ਚੁਕਵਾ ਕੇ ਦਮ ਲਵਾਂਗੇ। ਬਾਈ ਮੈਂ ਬਲਕਾਰਨ ਸਿੰਘ ਸੀਨੀਅਰ ਮੀਟ ਪ੍ਰਧਾਨ ਜ਼ਿਲ੍ਹਾ ਬਠਿੰਡਾ ਵਿਖੇ ਜੀ ਡਕਾਉਂਦਾ। ਅੱਜ ਅਸੀਂ ਭਾਗੀ ਬਾਂਦਰ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਝੋਨੇ ਦਾ ਬਹੁਤ ਬੁਰਾ ਹਾਲ ਹੈ, ਮੰਡੀਆਂ ਭਰੀਆਂ ਪਈਆਂ ਅਤੇ ਕੋਈ ਵੀ ਬੋਲੀ ਦਾ ਤਲਾਈ ਦਾ ਕੋਈ ਵੀ ਹਜੇ ਤੱਕ ਪ੍ਰਬੰਧ ਨਹੀਂ ਹੋਇਆ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਜੇ ਅੱਜ ਸਾਡਾ ਮੰਡੀ ਦੇ ਵਿੱਚ ਨਾ ਬੋਲੀ ਚੱਲੀ ਤਾਂ ਅਸੀਂ ਕੱਲ੍ਹ ਨੂੰ ਸੜਕਾਂ ਘੇਰਾਂਗੇ।